ਪੀਰ ਫਕੀਰ ਨਮਨਬਲੇ ਸਭ ਨੂੰ ਅਸਲਾਮ ਅਲੈਕੁਮ ਜੀ ਤੁਸੀਂ ਦੇਖ ਰਹੇ ਹੋ ਫਕੀਰੀ ਲੰਕ ਚੈਨਲ ਇੱਕ ਕਰ ਫਿਰ ਹਾਜ਼ਰ ਆਂ ਆਪ ਦੀ ਖਿਦਮਤ ਦੇ ਵਿੱਚ ਅੱਜ ਦਾ ਪੈਗਾਮ ਲੈ ਕੇ ਅੱਜ ਦੇ ਇਸ ਪੈਗਾਮ ਵਿੱਚ ਆਪਦੇ ਨਾਲ ਗੱਲ ਸੰਜੇ ਕਰਾਂਗਾ ਕਿ ਮਾਲਕ ਦੇ دیدار ਕਰਨ ਦੀ ਬਿਧੀ ਜ਼ਿਕਰਬੰਦੀ ਕਰਦੇ ਆਂ ਪਰ دیدار ਨਹੀਂ ਹੁੰਦੇ ਰੱਬ ਨੂੰ ਯਾਦ ਕਰਦੇ ਆਂ ਪਰ دیدار ਨਹੀਂ ਹੁੰਦੇ ਇੱਕ ਤਰੀਕਾਕਾਰ ਹੁੰਦਾ ਹੈ ਉਹ ਕਿਹੜਾ ਤਰੀਕਾ ਹੈ ਕਿਹੜੀ ਵਿਧੀ ਹੈ ਕਿਸ ਤਰੀਕੇ ਦੇ ਨਾਲ ਜਪੀਏ ਕਿਸ ਤਰੀਕੇ ਦੇ ਨਾਲ ਜ਼ਿਕਰ ਕਰੀਏ ਉਹਦੇ ਬਾਰੇ ਅੱਜ ਦੇ ਇਸ ਪੈਗਾਮ ਵਿੱਚ ਆਪ ਜੀ ਨਾਲ ਗੱਲਬਾਤ ਜਰੀ ਕਰਾਂਗਾ ਅਗਰ ਚੰਗੀ ਲੱਗੇਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਤਾਂ ਇੱਕ ਖਾਸ ਵੀਡੀਓ ਹੈ ਸਭ ਉਹਨਾਂ ਦੋਸਤਾਂ ਲਈ ਜਿਹੜੇ ਜ਼ਿਕਰਬੰਦ ਕਿਤੇ ਬੈਠਦੇ ਨੇ ਰੋਜ਼ ਬੈਠਦੇ ਨੇ ਆਓ ਅੱਜ ਦਾ ਪੈਗਾਮ ਸ਼ੁਰੂ ਕਰੀਏ ਉਸ ਖੁਦਾ ਦੇ ਨਾਮ ਤੇ ਜੋ ਹਰ ਇੱਕ ਤੇ ਮਿਹਰਬਾਨ ਔਰ ਰਹਿਮਬਾਨ ਹੈ ਮਾਲਕ ਦੇ دیدار ਕਰਨੇ ਹਰ ਕੋ ਚਾਹੁੰਦਾ ਕਿ ਮੈਨੂੰ ਮੀਰਾ ਗੌਂਸ ਦੇ ਦ دیدار ਹੋ ਜਾਣਾ ਹਰ ਕੋ ਚਾਹੁੰਦਾ ਮੈਨੂੰ ਸੱਕੇ ਸਰਬ ਲਖ ਦਾ ਪੀਰ ਜੀ ਦੇ ਦ دیدار ਹੋ ਜਾਣਾ ਹਰ ਕੋ ਚਾਹੁੰਦਾ ਕਿ ਮੈਨੂੰ ਖਵਾਜਾ ਸਾਹਿਬ ਜੀ ਦੇ ਦ دیدار ਹੋ ਜਾਣਾ ਹੈਦਰ ਸ਼ੇਖ ਸਰਕਾਰ ਦੇ ਦ دیدار ਹੋ ਜਾਣਾ ਮੌਲਾ अली ਜੀ ਦੇ ਦ دیدار ਹੋ ਜਾਣਾ ਪਰ ਇੱਕ ਤਰੀਕਾ ਹੈ ਉਸ ਤਰੀਕੇ ਦੇ ਉੱਪਰ ਚੱਲਣਾ ਉਸ ਵਿਧੀ ਦੇ ਨਾਲ ਜ਼ਿਕਰ ਕਰਨਾ ਬੰਦਗੀ ਕਰਨੀ ਤੇ ਫਿਰ ਜਗ ਦੇ ਦ دیدار ਹੁੰਦੇ ਨੇ ਜ਼ਿਕਰ ਕਰਨ ਦਾ ਤਰੀਕਾ ਜਦੋਂ ਆਪਾਂ ਸ਼ਬਦ ਕੋਈ ਵੀ ਪੜਦੇ ਆ ਆਪਣੇ ਮੁਰਸ਼ਿਦ ਪਾਕ ਨੇ ਸਾਨੂੰ ਕਲਮਾ ਦੇ ਦਿੱਤਾ ਕਲਮਾ ਕਹਿ ਲਈਏ ਸ਼ਬਦ ਕਹਿ ਲਈਏ ਜਾਪ ਕਰਨਾ ਆਪਾਂ ਜਦੋਂ ਆਪਾਂ ਮੁਰਸ਼ਿਦ ਪਾਕ ਦੁਆਰਾ ਦੱਸੀ ਹੋਈ ਜ਼ੁਕਤੀ ਜਿਹੜੀ ਹੈ ਜਿਹੜਾ ਕਲਮਾ ਹੈ ਉਸ ਦਾ ਜਾਪ ਕਰਨਾ ਆਪਾਂ ਉਹ ਜਦੋਂ ਜਾਪ ਕਰਦੇ ਆ ਉਹ ਜਾਪ ਜਿਹੜਾ ਹੈ ਸਾਡਾ ਸਭ ਤੋਂ ਪਹਿਲਾਂ ਉਹ ਸਾਡੇ ਮੂਵ ਚ ਚੱਲਦਾ ਮੰਨ ਲਓ ਅਸੀਂ ਕੋਈ ਵੀ ਜਾਪ ਕਰਦੇ ਹਾਂ ਮੰਨ ਲੀ ਕਿ ਅਸੀਂ ਅੱਲਾ ਅੱਲਾ ਹੀ ਕਹਿੰਦੇ ਹਾਂ ਤੇ ਸਾਡੇ ਸਾਡਾ ਸਾਡੇ ਬੁੱਲ ਵੀ ਹਿਲਦੇ ਨੇ ਸਾਡੀ ਜ਼ੁਬਾਨ ਵੀ ਹਿਲਦੀ ਹੈ ਅੱਲਾ 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 ਤੇ ਅਸੀਂ ਇਸ ਤਰ੍ਹਾਂ ਜ਼ਿਕਰ ਕਰਦੇ ਤੇ ਜਦੋਂ ਅਸੀਂ ਉਹ ਚੀਜ਼ ਨੂੰ ਪਗਾਉਨੇ ਆ ਵਿਰਤ ਕਰਦੇ ਆ ਜ਼ਿਕਰ ਕਰਦੇ ਆ ਮਿਹਨਤ ਕਰਦੇ ਆ ਉਸ ਚੀਜ਼ ਦੇ ਉੱਪਰ ਉਹ ਚੀਜ਼ ਨਾਲ ਜ਼ਿਕਰ ਕਰਨ ਦੇ ਨਾਲ ਮਿਹਨਤ ਕਰਨ ਦੇ ਨਾਲ ਤੇ ਉਹ ਸਾਡੇ ਕੰਠ ਵਿੱਚ ਚੱਲਣ ਲੱਗ ਪੈਂਦੀ ਹੈ। ਮਨ ਲਓ ਗਲੇ ਵਿੱਚ ਚੱਲਣ ਲੱਗ ਪੈਂਦੀ ਹੈ। ਸਾਡਾ ਫਿਰ ਬੁੱਲ ਨਹੀਂ ਹਿੱਲਦੇ। ਬੁੱਲ ਬੰਦ ਰਹਿ ਜਾਂਦੇ ਨੇ, ਜੁੜੇ ਰਹਿੰਦੇ ਨੇ ਤੇ ਸਾਡਾ ਗਲ ਗਲ ਦੇ ਵਿੱਚ, ਕੰਟ ਦੇ ਵਿੱਚ ਵਾਈਬ੍ਰੇਸ਼ਨ ਜੀ ਹੁੰਦੀ ਰਹਿੰਦੀ ਹੈ। ਕੰਠ ਸਾਡਾ ਹਿੱਲਦਾ ਰਹਿੰਦਾ ਹੈ। ਤੇ ਫਿਰ ਅੰਦਰੋਂ ਆਵਾਜ਼ ਆਉਂਦੀ ਗੂੰਗੂਂਦੀ। ਮਨ ਲਓ ਅੰਦਰ ਤੁਹਾਨੂੰ ਪਤਾ ਕਿ ਅੰਦਰ ਸਾਰੇ ਚੱਲ ਰਹੇ ਬੁੱਲ ਹਿੱਲਦੇ ਨੇ, ਘਟੇ ਹਿੱਲਦੇ ਨੇ। ਜਿੱਦੋਂ ਅਸੀਂ ਹੋਰ ਜ਼ਿਕਰ ਪਕਾਉਂਦੇ ਆਂ, ਅਸੀਂ ਹੋਰ ਮਿਹਨਤ ਕਰਦੇ ਆਂ। ਫਿਰ ਸਾਡੇ ਹਿਰਦੇ ਵਿੱਚ ਸਾਡੇ ਦਿਲ ਦੇ ਵਿੱਚ ਉਤਰ ਜਾਂਦੀ ਹੈ ਉਹ ਚੀਜ਼ ਫਿਰ ਸਾਡੇ ਬੁੱਲ ਵੀ ਨਹੀਂ ਹਿਲਦੇ ਫਿਰ ਸਾਡਾ ਗਲਾ ਵੀ ਨਹੀਂ ਹਿਲਦਾ ਕੰਠ ਵੀ ਨਹੀਂ ਹਿਲਦਾ ਫਿਰ ਹਿਰਦੇ ਦੇ ਵਿੱਚ ਜਾਪ ਹੋਣ ਲੱਗ ਪੈਂਦਾ ਕੋਈ ਵੀ ਜ਼ਿਕਰ ਜਿਹੜਾ ਮਨ ਤਾਂ ਫਿਰ ਹਿਰਦੇ ਵਿੱਚ ਅਸੀਂ ਫਿਰ ਅੱਖਾਂ ਬੰਦ ਕੀਤੀਆਂ ਅਸੀਂ ਬੈਠੇ ਹਾਂ ਰਾਮ ਦੇ ਨਾਲ ਬੁੱਕਲ ਮਾਰੀ ਹੈ ਬੈਠੇ ਹਾਂ ਤੇ ਫਿਰ ਉਹ ਸਾਡੇ ਹਿਰਦੇ ਵਿੱਚ ਨਾਮ ਚੱਲਦਾ ਤੇ ਸਾਡੇ ਕੰਨਾਂ ਨੂੰ ਸੁਣਦਾ ਕੰਨਾਂ ਦੇ ਨਾਲ ਸਾਡੇ ਸੁਣਦਾ ਕਿ ਅੰਦਰ ਕੋਈ ਚੀਜ਼ ਚੱਲ ਰਹੀ ਹੈ ਹੇ ਦੇ ਵਿੱਚ ਚੱਲਦਾ ਫਿਰ ਕੰਨਾਂ ਨੇ ਸੁਣਨਾ ਆ ਉਦੋਂ ਨਾਂ ਤਾਂ ਬੋਲੇ ਲੈਣੇ ਆ ਨਾਂ ਹੀ ਸਾਡਾ ਕੰਠੇ ਲੈਣਾ ਤੇ ਨਾਂ ਹੀ ਜੀਬ ਵੇਲਣੀ ਅੰਦਰ ਚੱਲ ਰਿਹਾ ਬਿਨਾਂ ਇਹ ਕਰਮਿੰਦਰੀਆਂ ਦੇ ਹਿੱਲੇ ਨਾਮ ਅੰਦਰ ਸਾਡਾ ਮਨ ਬੋਲ ਰਿਹਾ ਤੇ ਸਾਡੇ ਕੰਨਾਂ ਦੁਆਰਾ ਸੁਣਿਆ ਜਾ ਰਿਹਾ ਤੇ ਇਸ ਤੇ ਸਾਡੇ ਕੰਨ ਸੁਣਦੇ ਨੇ ਤੇ ਅਸੀਂ ਉਦੋਂ ਕੀ ਕਰਨਾ ਕਿ ਜਦੋਂ ਸਾਡਾ ਨਾਮ ਦੀ ਅੰਦਰ ਚੱਲ ਪਵੇ ਇਕ ਕਰਮਾ ਵਾਲਾ ਇਨਸਾਨ ਹੁੰਦਾ ਜਿਹਦੇ ਨਾਮ ਅੰਦਰ ਚੱਲ ਪਵੇ ਨਹੀਂ ਤੇ ਬਹੁਤ ਸਾਰੇ ਐਸੇ ਇਨਸਾਨ ਨੇ ਜਿਹੜੇ ਜੀਵ ਦੇ ਨਾਲ ਜਪਦੇ ਰਹਿੰਦੇ ਨੇ ساری ਉਮਰ ਲੰਘ ਜਾਂਦੀ ਅੰਦਰ ਜਾਂਦਾ ਹੀ ਨਹੀਂ ਤੇ ਬਹੁਤ ਸਾਰੇ ਐਸੇ ਦੋਸਤ ਨੇ ਜਿਹੜੇ ਕਿ ਥੋੜੀ ਮਿਹਨਤ ਕਰਦੇ ਆ ਜੀਵ ਦੇ ਨਾਲ ਜਪਦੇ ਜਪਦੇ ਕੰਠ ਤੱਕ ਚੱਲ ਜਾਂਦੇ ਆ ਹਿਰਦੇ ਤੱਕ ਨਹੀਂ ਜਾਂਦੇ ਤੇ ਜਦੋਂ ਹਿਰਦੇ ਤੱਕ ਚੱਲ ਜਾਂਦਾ ਤੇ ਫਿਰ ਇਹ ਕੋਈ ਖਾਸ ਮਿਹਨਤ ਕਰਨ ਦੇ ਨਾਲ ਤੇ ਸਰਕਾਰ ਦੀ ਰਹਿਮਗੋ ਦੇ ਨਾਲ ਜਦੋਂ ਮਨ ਦੇ ਅੰਦਰ ਤੁਹਾਡਾ ਜ਼ਿਕਰ ਚੱਲ ਪਿਆ ਫਿਰ ਅਸੀਂ ਕੀ ਕਰਨਾ ਕਿ ਜਿਹੜਾ ਅੱਖਾਂ ਬੰਦ ਕੀਤੇ ਸਾਨੂੰ ਸਾਹਮਣੇ ਜਿਹੜਾ ਅੰਧਕਾਰ ਹਨੇਰਾ ਦਿਖ ਰਿਹਾ ਹੈ ਉਹਦੇ ਵਿੱਚ ਦੇਖੀ ਜਾਣਾ ਉਹਦੇ ਵਿੱਚ ਦੇਖੀ ਜਾਣਾ ਜਿੱਦਾਂ ਜਿੱਦਾਂ ਸਾਡੇ ਕਰਮ ਸਾਫ ਹੋਣਗੇ ਜ਼ਿਕਰ ਕਰਨ ਦੇ ਨਾਲ ਸਾਡੇ ਜਿਹੜੇ ਨੇ ਵਿਚਾਰ ਘਟਣਗੇ ਜਿੱਦਾਂ ਜਿੱਦਾਂ ਸਾਡੀ ਜਿਹੜੀ ਹੈ ਦ੍ਰਿਸ਼ਟੀ ਸਾਫ ਹੋਵੇਗੀ ਸਾਡਾ ਦੇਖਣਾ ਸਾਫ਼ ਹੋਵੇਗਾ ਬੋਲਣਾ ਸਾਫ਼ ਹੋਵੇਗਾ ਤੇ ਜਿਹਦਾ ਅਸੀਂ ਕਈ ਵਾਰੀ ਗਾਲੀ ਕਲੋਜ਼ ਕਰ ਲੈਂਦੇ ਆ ਉਹ ਚੀਜ਼ਾਂ ਤੋਂ ਸਾਨੂੰ ਆਰਾਮ ਮਿਲੇਗਾ ਉਹ ਚੀਜ਼ਾਂ ਸਾਡੀਆਂ ਖਤਮ ਹੋਣਗੀਆਂ ਉਦਾਂ ਉਦਾਂ ਜਿਹੜਾ ਉਹ ਹਨੇਰਾ ਹੈ ਉਹ ਘਟਦਾ ਜਾਵੇਗਾ ਤੇ ਉਹ ਹਨੇਰਾ ਪ੍ਰਕਾਸ਼ ਦੇ ਵੱਲ ਨੂੰ ਜਾਂਦਾ ਚੱਲ ਜਗਾ ਤੇ ਜੇ ਮਾਲਕ ਨੇ ਚਾਇਆ ਮੁਰਸ਼ਿਦ ਨੇ ਕਰਮ ਕਰ ਦਿੱਤਾ ਮਾਲਕ ਨੇ ਚਾਇਆ ਤੇ ਜਿਹੜਾ ਸਾਡਾ ਉਹ ਹਨੇਰਾ ਹੈ ਉਹ ਪ੍ਰਕਾਸ਼ ਵਿੱਚ ਬਦਲ ਜਾਵੇਗਾ ਤੇ ਫਿਰ ਸਾਨੂੰ ਮਾਲਕ ਦੇ دیدار ਹੋਣਗੇ ਇਹ ਤਰੀਕਾ ਹੈ ਜੇ ਆਪਾਂ ਕਹਿੰਦੇ ਕਿ ਅਸੀਂ ਅੱਜ ਹੀ ਅੱਖਾਂ ਬੰਦ ਕੀਤੀਆਂ ਤੇ ਅੱਜ ਹੀ ਸਾਨੂੰ دیدار ਹੋ ਜਾਣ ਤੇ ਨਹੀਂ 1 ਮਹੀਨਾ ਲਾਈਏ ਸਾਨੂੰ دیدار ਹੋ ਜਾਣ ਨਹੀਂ ਜੇ ਆਪਾਂ ਕਹਿੰਦੇ ਸੀ 6 ਮਹੀਨੇ ਲਾਈਏ ਲਗਾਤਾਰ ਸਾਨੂੰ دیدار ਹੋ ਜਾਣਗੇ ਨਹੀਂ ਇਹ ਇੱਕ ਪਲ ਵਿੱਚ ਵੀ ਹੋ ਸਕਦੇ ਆ ਇਹ ਤਾਂ ਰੱਬੀ ਰਹਿਮਤ ਦੀ ਗੱਲ ਹੈ ਤੇ ਤੁਹਾਡੇ ਮਨ ਦੀ ਸਫਾਈ ਦੀ ਗੱਲ ਹੈ ਇੱਕ ਛਿੰਦ ਵਿੱਚ ਵੀ ਦਰ دیدار ਜਿਹੜੇ ਮਾਲਕ ਦੇ ਹੋ ਸਕਦੇ ਨੇ ਪਰ ਸਾਡਾ ਅੰਦਰ ਕਿੰਨਾ ਸਾਫ਼ ਹੈ ਡਿਪੈਂਡ ਉਸ ਚੀਜ਼ ਤੇ ਕਰਦਾ ਕੀ ਸਾਡੇ ਮਨ ਦੀ ਇਕਾਗਰਤਾ ਕਿੰਨੀ ਹੈ ਸਾਡੇ ਅੰਦਰ ਕਿਹੜੇ ਵਿਚਾਰ ਚੱਲਦੇ ਨੇ ਸਾਡੇ ਅੰਦਰ ਜਿਹੜੇ ਚੰਗੇ ਵਿਚਾਰ ਚੱਲਦੇ ਨੇ ਮਾੜੇ ਵਿਚਾਰ ਚੱਲਦੇ ਨੇ ਬੇਅਰਥ ਵਿਆ ਵਿਚਾਰ ਚੱਲਦੇ ਨੇ ਕਿਹੜੇ ਵਿਚਾਰ ਚੱਲਦੇ ਨੇ ਉਹਨਾਂ ਤੇ ਇਹ ਚੀਜ਼ ਡਿਪੈਂਡ ਹੈ ਕਿ ਅਸੀਂ ਆਪਣੇ ਮਨ ਦੀ ਜਿਹੜੀ ਸ਼ਕਤੀ ਹੈ ਉਹਨੂੰ ਬੇਅਰਥ ਕਰਾਉਂਦੇ ਆ ਜਾਂ ਜ਼ਿਕਰ ਦੇ ਵਿੱਚ ਲਾਉਂਦੇ ਆ ਅਗਰ ਤਾਂ ਅਸੀਂ ਮਨ ਦੀ ਸ਼ਕਤੀ ਨੂੰ ਜ਼ਿਕਰ ਵਿੱਚ ਲਾਇਆ ਤੇ ਮਨ ਦੀ ਸ਼ਕਤੀ ਜਿਹੜੀ ਊਰਜਾ ਹੈ ਉਹ ਵਧੇਗੀ ਤੇ ਅਗਰੈਸਿਵ ਮਨ ਦੀ ਸ਼ਕਤੀ ਨੂੰ ਵਿਚਾਰ ਦਾ ਜਿਹੜੇ ਵਿਚਾਰ ਨੇ ਬੇਅਰਥ ਸੋਚਣ ਵਿੱਚ ਗਵਾਤੇ ਤੇ ਮਨ ਦੀ ਸ਼ਕਤੀ ਘਟੇਗੀ ਮਨ ਕਮਜ਼ੋਰ ਹੋਵੇਗਾ ਔਨੇ ਕਹਤਾ ਐਨੇ ਮੈਨੂੰ ਆਹ ਕਹਤਾ ਐਨੇ ਮੇਰਾ ਆਹ ਕਰਤਾ ਔਨੇ ਮੇਰਾ ਖਰਾਬ ਕਰਤਾ ਖਰਾਬੀਆਂ ਹੁੰਦੀਆਂ ਨੇ ਪਰ ਉਹਨਾਂ 'ਤੇ ਧਿਆਨ ਨਹੀਂ ਦੇਣਾ ਇਹ ਗੱਲ ਸਾਡੇ ਮੁਰਸ਼ਿਦ ਪਾਕ ਕਹਿੰਦੇ ਨੇ ਕਿ ਖਰਾਬੀਆਂ ਕਰਦੇ ਉਹਨਾਂ ਨੂੰ ਕਦੀ ਜਣਾ ਦੇ ਆਪਣੇ ਜ਼ਿਕਰ ਤੇ ਆਪਣੇ ਕੰਮ ਤੇ ਧਿਆਨ ਦੇਣਾ ਜਿਹੜਾ ਕਰਦਾ ਉਹਨ ਦਾ ਕਦੀ ਜਣਾ ਉਹਨੇ ਹਨਾ ਨਹੀਂ ਤੇ ਉਹ ਤੁਹਾਡੇ ਕੁਝ ਨਹੀਂ ਕਰ ਸਕਦਾ ਤੇ ਇਹ ਜਦੋਂ ਆਪਾਂ ਐਨੇ ਕਰਤਾ ਉਹਨੇ ਕੀਤਾ ਇਹ ਮਨ ਦੀ ਜਿਹੜੀ ਹੈ ਸਾਡੀ એનર્ਜੀ ਹੈ ਇਹ ਘਟਦੀ ਹੈ ਇਹ ਘਟਣੀ ਨਹੀਂ ਚਾਹੀਦੀ ਜ਼ਿਕਰ ਵਿੱਚ ਲਾਵਾਂਗੇ ਤੇ ਵਧੇਗੀ ਜਦੋਂ ਵਧੇਗੀ ਤੇ ਇਹ ਜਿਹੜੀ ਊਰਜਾ ਹੈ ਇਹ ਸਾਡੇ ਮਨ ਨੂੰ ਸਾਫ਼ ਕਰਨ ਦੇ ਵਿੱਚ ਸਾਡੀ ਮਦਦ ਕਰੇਗੀ ਇਹ ਸਾਡੀ ਅੱਖਾਂ ਨੂੰ ਸਾਫ਼ ਕਰਨ 'ਚ ਸਾਡੀ ਮਦਦ ਕਰੇਗੀ ਇਹ ਸਾਡੀ ਜ਼ੁਬਾਨ ਨੂੰ ਸਾਫ਼ ਕਰਨ 'ਚ ਮਦਦ ਕਰੇਗੀ ਇਹ ਚੰਗਾ ਦੇਖਣਾ ਚੰਗਾ ਸੁਣਨਾ ਚੰਗਾ ਖਾਣਾ ਚੰਗਾ ਬੋਲਣਾ ਇਹ ਸਾਰੀਆਂ ਚੀਜ਼ਾਂ ਸਾਡੀ ਮਦਦ ਕਰੇਗੀ ਆਪਾ ਇੱਕ ਫਕੀਰ ਹੋਰ ਕਹਿੰਦੇ ਸੀਗੇ ਕਿ ਅੱਲਾ ਅੱਲਾ ਕਰਨ ਦੇ ਨਾਲ ਅੱਲਾ ਨਹੀਂ ਮਿਲਦਾ ਅੱਲਾ ਦੇ ਬੰਦਿਆਂ ਕੋਲ ਬਹਿਣ ਨਾਲ ਅੱਲਾ ਮਿਲਦਾ ਅੱਲਾ ਦੇ ਬੰਦੇ ਕਿਹੜੇ ਕਿ ਜਿਹੜਾ ਨੇ ਇਸ ਰਸਤੇ ਤੇ ਚੱਲ ਕੇ ਰੱਬ ਨੂੰ ਪਾਇਆ ਉਹਨਾਂ ਦੇ ਕੋਲੋਂ ਝੁਕਤੀ ਲੈਣੀ ਉਹਨਾਂ ਕੋ ਨੁਕਤੇ ਲੈਣੇ ਉਹਨਾਂ ਦੇ ਕੋਲੋਂ ਉਹਨਾਂ ਦੇ ਪੰਥ ਜਾਣਨੇ ਕਿ ਉਹ ਕਿਸ ਤਰੀਕੇ ਨਾਲ ਕਰਦੇ ਕਿਹੜੀਆਂ ਵਿਧੀਆਂ ਬਲਾਈਆਂ ਉਹਨਾਂ ਦੇ ਵਿੱਚੋਂ ਕੋਈ ਨਿਚੋੜ ਕੱਢ ਕੇ ਕੁਝ ਆਪਣੇ ਤੇ ਲਾਗੂ ਕਰਨਾ ਕਿ ਉਹਨਾਂ ਨੇ ਆਪਣੇ ਆਪ ਨੂੰ ਪਾਕ ਸਾਫ ਕਿਵੇਂ ਰੱਖਿਆ ਕਿਸੇ ਤਰ੍ਹਾਂ ਉਹਨਾਂ ਨੇ ਆਪਣੇ ਆਪ ਤੇ ਕੰਮ ਕੀਤਾ ਆਪਣੇ ਆਪ ਨੂੰ ਸੰਭਾਲਿਆ ਉਹ ਚੀਜ਼ਾਂ ਆਪ ਕਰਨੀਆਂ ਤੇ دیدار ਹੋਣਗੇ ਸਰਕਾਰ ਦੇ ਤੋਂ ਇਹ ਗੱਲ ਜਿਹੜੀ ਹੈ ਇੰਨੀ ਸੌਖੀ ਵੀ ਨਹੀਂ ਹੈ ਇਨਯੋਕੀ ਉਮਰਾਂ ਲੱਗ ਜਾਂਦੀਆਂ ਪਰ ਜੇ ਮਲਕ ਚਾਵੇ ਤਾਂ ਇੱਕ ਘੰਟੇ ਦੇ ਵਿੱਚ ਇੱਕ ਛਿੰਨ ਦੇ ਵਿੱਚ دیدار ਹੋ ਸਕਦੇ ਨੇ ਤੋਂ ਅੱਜ ਲਈ ਇੰਨਾ ਹੀ ਜਲਦ ਹਾਜ਼ਰ ਹੋਵਾਂਗਾ ਨਵੀਂ ਵੀਡੀਓ ਨਾਲ ਤਦ ਤੱਕ ਲਈ ਹੱਕ ਮੁਰਸ਼ਿਦ ਸੱਚ ਮੁਰਸ਼ਿਦ